ਜਿੱਥੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਲੋਕਾਂ ਦਾ ਜਿਉਣਾ ਬੇਹਾਲ ਕੀਤਾ ਹੋਇਆ ਹੈ, ਉੱਥੇ ਲੋਕਾਂ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੰਦੇ ਹੋਏ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਅਤੇ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਬਿੰਦੂ ਜੋਹਲ ਵੱਲੋਂ ਕੋਰੋਨਾ ਖਿਲਾਫ ਲਗਾਤਾਰ ਜੰਗ ਜਾਰੀ ਹੈ, ਜਿਨ੍ਹਾਂ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵੱਖ ਵੱਖ ਸ਼ਹਿਰਾਂ, ਧਾਰਮਿਕ ਸਥਾਨਾਂ, ਪੈਲਸਾਂ ਨੂੰ ਫ੍ਰੀ ਸੈਨੇਟਾਈਜ਼ ਕਰਵਾਉਣ ਦਾ ਬੀੜਾ ਚੁੱਕਿਆ ਗਿਆ। ਇਸੇ ਲੜੀ ਤਹਿਤ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਅਗਵਾਈ ਦੇ ਵਿੱਚ ਤੇ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਬਿੰਦੂ ਜੋਹਲ ਯੂਕੇ ਦੇ ਸਹਿਯੋਗ ਦੇ ਨਾਲ ਅੱਜ ਵੀ ਫਗਵਾੜਾ ਦੇ ਹਦੀਆਬਾਦ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ। ਇਸ ਸ਼ਲਾਘਾਯੋਗ ਕਦਮ ਨੂੰ ਲੈ ਕੇ ਬੰਟੂ ਵਾਲਿਆਂ ਨੇ ਬਿੰਦੂ ਜੋਹਲ ਯੂਕੇ ਸਮੇਤ ਉਹਨਾਂ ਦੀ ਟੀਮ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਊ ਫਗਵਾੜਾ ਵੈਲਫੇਅਰ ਕਲੱਬ ਵੱਲੋਂ ਅੱਜ ਸੈਨੀਟਾਈਜ਼ ਕਰਨ ਦਾ ਜਿਹੜਾ ਬੀੜਾ ਚੱਕਿਆ ਗਿਆ ਵਾ, ਚੌਕ ਦੁੱਗਲ ਜੀ ਦੇ ਏਰੀਏ 'ਚ, ਹਰੀਆਬਾਦ ਦਾ ਏਰੀਆ ਸਾਰਾ, ਗਲੀ ਗਲੀ ਘਰ ਘਰ ਜਾ ਕੇ ਸੈਨੀਟਾਈਜ਼ ਕੀਤਾ ਗਿਆ ਵਾ। ਅੱਜ ਦੀ ਇਹ ਸੇਵਾ ਬਿੰਦੂ ਜੋਹਲ ਜੀ ਯੂਕੇ ਵਾਲਿਆਂ ਵੱਲੋਂ ਕਰਵਾਈ ਗਈ ਆ, ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦਾ ਮੇਨ ਯੋਗਦਾਨ ਹੈ ਇਸ ਕੰਮ ਦੇ ਵਿੱਚ। ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਵੱਲੋਂ ਇਹ ਬੇਨਤੀ ਆ, ਹੱਥ ਜੋੜ ਕੇ, ਕਿ ਮਾਸਕ ਪਾ ਕੇ ਰੱਖੋ, ਘਰ ਜਾ ਕੇ ਹੱਥ ਧੋਵੋ, ਸਾਡੇ ਨਾਲ ਵੱਧ ਤੋਂ ਵੱਧ ਸੇਵਾ ਕਰਨ ਦੇ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼ੰਕਰ, ਜੈ ਮਾਤਾ ਦੀ, ਹਰ ਹਰ ਮਹਾਦੇਵ। ਬਿਊਰੋ ਰਿਪੋਰਟ, ਸਾਂਝ ਟੀਵੀ। ਦੁੱਖ ਤੋਂ ਨਾ ਘਬਰਾਓ, ਸਾਨੂੰ ਫੋਨ ਲਗਾਓ। ਗੁਰੂ ਅਜਮੇਰੀ ਬਾਬਾ ਜੀ। MBA ਕਰਨ ਤੋਂ ਬਾਅਦ ਨੌਕਰੀ ਦੀ ਲਈ ਮੈਂ ਇੱਧਰ ਉੱਧਰ ਬਹੁਤ ਧੱਕੇ ਖਾਏ, ਪਰ ਮੇਰੀ ਕਿਤੇ ਵੀ ਕੋਈ ਗੱਲ ਨਹੀਂ ਬਣੀ। ਫਿਰ ਇੱਕ ਦਿਨ ਮੈਨੂੰ ਮੇਰੇ ਯਾਰ ਦੋਸਤ ਨੇ ਬਾਬਾ ਜੀ ਬਾਰੇ ਦੱਸਿਆ। ਫਿਰ ਕੀ, ਫਿਰ ਮੈਂ ਬਾਬਾ ਜੀ ਕੋਲ ਗਿਆ। ਬਾਬਾ ਜੀ ਦੀ ਐਸੀ ਮਿਹਰ, ਉਹਨਾਂ ਨੇ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ। ਅੱਜ ਦੇਖੋ, ਮੈਂ ਨੌਕਰੀ ਨਹੀਂ, ਆਪਣਾ ਬਿਜ਼ਨਸ ਕਰ ਰਿਹਾ। ਧੰਨਵਾਦ ਬਾਬਾ ਜੀ। ਕਾਲੇ ਇਲਮ ਨਾਲ ਕੁਛ ਘੰਟਿਆਂ 'ਚ ਹੀ ਸਮਾਧਾਨ, ਗਰੰਟੀ ਦੇ ਨਾਲ ਹਰ ਇਲਮ ਦੇ ਮਾਹਿਰ। ਮੈਂ ਆਪਣੀ ਲਵ ਮੈਰਿਜ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ, ਬਹੁਤ ਜਗ੍ਹਾ ਜਗ੍ਹਾ ਘੁੰਮੀ ਪਰ ਕੋਈ ਸਮਾਧਾਨ ਨਹੀਂ ਮਿਲਿਆ। ਫਿਰ ਮੈਨੂੰ ਕਿਸੇ ਨੇ ਬਾਬਾ ਜੀ ਦੇ ਬਾਰੇ ਦੱਸਿਆ, ਮੈਂ ਬਾਬਾ ਜੀ ਦੇ ਦਰਬਾਰ ਗਈ। ਬਾਬਾ ਜੀ ਨੇ ਤਾਂ ਕੁਝ ਘੰਟਿਆਂ ਵਿੱਚ ਹੀ ਮੇਰੀ ਸਾਰੀ ਸਮੱਸਿਆ ਦਾ ਸਮਾਧਾਨ ਕਰ ਦਿੱਤਾ। ਮੇਰਾ ਵਿਆਹ ਉੱਥੇ ਪੱਕਾ ਹੋ ਗਿਆ ਜਿੱਥੇ ਮੈਂ ਚਾਹੁੰਦੀ ਸੀ। ਮੈਂ ਦਿਲੋਂ ਧੰਨਵਾਦ ਕਰਦੀ ਹਾਂ ਬਾਬਾ ਜੀ। ਜਿਸ ਤਰ੍ਹਾਂ ਨੌਕਰੀ, ਕਾਰੋਬਾਰ, ਵਿਦੇਸ਼ ਯਾਤਰਾ, ਗ੍ਰਹਿ ਕਲੇਸ਼, ਲਵ ਮੈਰਿਜ ਸਮੱਸਿਆ, ਜਾਦੂ ਟੋਣਾ ਕੀਤਾ ਕਰਾਇਆ, ਸੌਂਕਣ ਦੁਸ਼ਮਣ ਦਾ ਸਰਵਨਾਸ਼ ਕਰਵਾਓ, ਉਹ ਵੀ ਘਰ ਬੈਠੇ, ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ। ਮੇਰਾ ਹਮੇਸ਼ਾ ਘਰ ਵਿੱਚ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਮੇਰੀ ਘਰ ਵਾਲੀ ਸੋਚਦੀ ਸੀ ਕਿ ਮੇਰਾ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਹੈ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗਿਆ। ਇੱਕ ਦਿਨ ਮੈਂ ਬਾਬਾ ਜੀ ਦੇ ਦਰਬਾਰ ਚਲਾ ਗਿਆ ਤੇ ਬਾਬਾ ਜੀ ਨੇ ਮੈਨੂੰ ਛੋਟਾ ਜਿਹਾ ਉਪਾਅ ਦੱਸਿਆ। ਉਸ ਉਪਾਅ ਦੇ ਨਾਲ ਮੇਰੀ ਜ਼ਿੰਦਗੀ ਖੁਸ਼ਹਾਲ ਰਹਿਣ ਲੱਗੀ। ਧੰਨਵਾਦ ਬਾਬਾ ਜੀ। ਅੱਜ ਹੀ ਮਿਲੋ ਗੁਰੂ ਅਜਮੇਰੀ ਬਾਬਾ ਜੀ ਨੂੰ, ਜਿਨ੍ਹਾਂ ਦਾ ਮੋਬਾਈਲ ਨੰਬਰ ਹੈ 9815460154, ਲੁਧਿਆਣਾ।